अड्डा ग्राउंड में 4 दिवसीय मैक्समा एक्सपो का आयोजन किया गया है। इसमें देश की प्रसिद्ध इलेक्ट्रिकल कंपनी क्रिस्टल ने भी अपना स्टॉल लगाया है। ये वही क्रिस्टल कंपनी है जिसे हाल ही में अवार्ड से नवाजा गया था। टोटल इलेक्ट्रिकल प्रोडक्ट्स बनाती है, मेन स्विच, चेंज ओवर, ब्रेकर, MCC भी सारा स्विच गियर है। ऑलरेडी बिहार UP ਦੇ ਵਿੱਚ ਗਵਰਨਮੈਂਟ ਦੇ ਵਿੱਚ ਅਪਰੂਵਲ ਕੀਤਾ ਸੀ। ਜਦੋਂ ਲਾਸਟ ਜਿਹੜੀ ਸਰਕਾਰ ਚੱਲ ਰਹੀ ਹੈ, 4 ਸਾਲ ਪਹਿਲਾਂ ਸੌਭਾਗਿਆ ਲਕਸ਼ਮੀ ਦਾ ਪ੍ਰੋਜੈਕਟ ਸੀ, ਉਹਦੇ ਵਿੱਚ ਜੋ ਵੀ ਇਲੈਕਟ੍ਰੀਕਲ ਦੀ ਰਿਕੁਆਇਰਮੈਂਟ ਸੀ ਉਹ ਟੋਟਲ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਜੋ ਇਲੈਕਟ੍ਰੀਕਲ ਸਰਵਿਸਿਜ਼ ਸੀਗੀਆਂ ਉਹ ਵੀ ਦਿੱਤੀਆਂ, ਜਿਵੇਂ ਸੌਭਾਗਿਆ ਲਕਸ਼ਮੀ ਦੇ ਵਿੱਚ ਟ੍ਰਾਂਸਫਾਰਮਰ ਦੇ ਹੈ, ਉਹਦੇ ਵਿੱਚ ਇਹ ਸੀਗਾ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਉਣ ਦਾ। ਟ੍ਰਾਂਸਫਾਰਮਰ ਦੇ ਨਾਲ ਜੋ ਬ੍ਰੇਕਰ ਦੀ ਪ੍ਰੋਟੈਕਸ਼ਨ ਹੈ, MCB 600 ਐਂਪੀਅਰ, MCB 300 ਐਂਪੀਅਰ ਜਾਂ ਕੋਈ ਬ੍ਰੇਕਰ ਦੀ ਪ੍ਰੋਟੈਕਸ਼ਨ ਹੈ, ਉਹ ਸਾਰੀ ਕ੍ਰਿਸਟਲ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ। ਔਰ ਉਹਦੇ ਦੇਖ ਕੇ ਇਲੈਕਟ੍ਰੀਕਲ ਦੇ ਵਿੱਚ ਇੰਡੀਆ ਦੇ ਵਿੱਚ ਟੋਟਲ ਇਲੈਕਟ੍ਰੀਕਲ ਦੀ ਸਿਰਫ ਕ੍ਰਿਸਟਲ ਸੁਚਗੇਅਰ ਨੂੰ ਇਹ ਅਵਾਰਡ ਦਿੱਤਾ ਗਿਆ। ਇਹ ਅਵਾਰਡ ਬੰਬੇ ਦਾ ਤਾਜ ਵੀ ਦਿੱਤਾ ਗਿਆ 17th of February। ਕੀ ਨਾਮ ਕੀ ਅਵਾਰਡ ਦਾ? ਮੇਕਿੰਗ ਆਫ ਡਿਵੈਲਪਡ ਇੰਡੀਆ, ਮੋਦੀ ਅਵਾਰਡ।